ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਇਸ ਮੇਲੇ ਦੇ ਨਾਂ ਦੀ ਖੁੱਲ੍ਹ ਕੇ ਤਾੜੀ ਮਾਰ ਦਿਓ, ਇਜਾਜ਼ਤ ਦੇ ਦਿਓ। ਸ਼ੁਰੂਆਤ ਕਰਨ ਲੱਗਾ, ਸ਼ਾਇਦ ਤੁਹਾਡੇ ਵਿੱਚ ਇਦਾਂ ਦੇ ਕੁਛ ਬੈਠੇ ਹੋਣਗੇ ਜਿਨ੍ਹਾਂ ਨੂੰ ਮੇਰਾ ਚਿਹਰਾ ਸ਼ਾਇਦ ਪਿਛਲੇ ਸਾਲ ਵਾਲਾ ਯਾਦ ਆ ਗਿਆ ਹੋਵੇ। ਕੱਲੀ ਕੱਲੀ ਗੱਲ ਗੌਰ ਫਰਮਾਉਣ ਵਾਲੀ ਆ, ਥੋੜ੍ਹਾ ਟਾਈਮ ਮਿਲਿਆ ਉਹਨੇ ਦੇ ਵਿੱਚ ਹੀ ਮੈਂ ਕੋਸ਼ਿਸ਼ ਕਰੂੰਗਾ ਕਿ ਸਾਰੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਕੇ ਜਾਵਾਂ। ਭੈਰ ਵੀ ਰੱਖ ਲਿਓ ਭਾਜੀ ਪਹਿਲੇ ਤੋਂ। ਇਹ ਪਿੰਡ ਗੁਰੂ ਧਾਮਾਂ ਨਾਲੋਂ ਕਿਹੜਾ ਘਟਿਆ, ਕਿਉਂ ਉੱਚੀ ਕਰ ਧੋਣ ਲੰਘਦੇ। ਗੱਲ ਸੁਣਨ ਵਾਲੀ ਆ, ਇਹ ਪਿੰਡ ਗੁਰੂ ਧਾਮਾਂ ਨਾਲੋਂ ਕਿਹੜਾ ਘਟਿਆ, ਕੋਈ ਉੱਚੀ ਕਰ ਧੋਣ ਲੰਘਦੇ। ਹੋ ਲੱਖ ਲਾਣ ਤਾਇਆ ਤੁਹਾਡੇ ਵੱਡੇ ਸਿੰਗਰੋ, ਇੱਥੇ ਗਾਉਣ ਦੇ ਵੀ ਪੈਸੇ ਮੰਗਦੇ। ਇੱਕ ਵਾਰੀ ਤਾੜੀ ਮਾਰ ਦਿਓ, ਕਿਉਂਕਿ ਮੈਂ ਚਾਹੁੰਦਾ ਵੀ ਜਿਹੜਾ ਵੀ ਜਿੰਨਾ ਚਿਰ ਵੀ ਮੈਂ ਇੱਥੇ ਆਵਾਂ ਜਾਂ ਹੋਰ ਵੀ ਕੋਈ ਵੀ ਆਰਟਿਸਟ ਆਵੇ, ਜਿਹਨਾਂ ਨੇ ਪਿਛਲੇ ਸਾਲ ਪੈਸੇ ਮੰਗੇ ਸੀ ਨਾ, ਉਹਨਾਂ ਨੂੰ ਲਾਹਣਤਾਂ ਪੈਣੀਆਂ ਚਾਹੀਦੀਆਂ ਕਿ ਨਹੀਂ। ਇੱਕ ਵਾਰੀ ਤਾੜੀ ਮਾਰਦੇ ਖੁੱਲ ਕੇ। ਉਹ ਤਾਂ ਉਹਨਾਂ ਦਾ ਹੁਣ ਫੇਸਬੁੱਕ 'ਤੇ ਲਾਈਵ ਤੁਸੀਂ ਦੇਖੋ, ਉਹਨਾਂ ਨੇ ਵੀਡੀਓ ਪਾਈਆਂ ਹੋਈਆਂ। ਜਿੱਤੇ ਭਾਜੀ ਆ ਜਾਓ, ਉੱਪਰ ਹੀ ਆ ਜਾਓ। ਵੀਡੀਓ ਪਾਈਆਂ ਹੋਈਆਂ ਕਿ ਭਗਤ ਸਿੰਘ ਹੁਣਾਂ ਨੂੰ ਅਸੀਂ ਬਹੁਤ ਯਾਦ ਕਰਦੇ ਹਾਂ। ਜੇ ਯਾਦ ਕਰਦੇ ਹਾਂ ਤਾਂ ਆਹ ਪਿੰਡ ਆ ਜਿੱਥੇ ਯਾਦ ਕਰਨਾ ਬਣਦਾ। ਖੁੱਲ੍ਹ ਕੇ ਤਾੜੀ ਮਾਰ ਦਿਓ ਖਟ ਖਟ ਕਰਾਂ ਲੈ। ਜਿੰਨਾ ਚਿਰ ਮੇਲਾ ਚੱਲੂਗਾ ਉਹ ਤੁਹਾਨੂੰ ਲਾਣ ਤਾਂ ਪੈਣਗੀਆਂ, ਜੋ ਤੁਸੀਂ ਗੱਲਾਂ ਕਰੀਆਂ ਸੀ ਉਹ ਸਾਨੂੰ ਚੇਤੇ ਰਹਿਣਗੀਆਂ। ਉਹ ਤੁਸੀਂ ਲੱਖਾਂ ਮੰਗੇ ਸੀ ਤੁਹਾਨੂੰ ਦਿੱਤਾ ਨਹੀਂ ਧੇਲਾ, ਉਹ ਤੁਹਾਡੇ ਬਿਨਾਂ ਵੀ ਹੋ ਗਿਆ ਸੀ ਪਿਛਲੇ ਸਾਲ ਖਟਕੜ ਵਿੱਚ ਮੇਲਾ। ਹਲਕੇ ਤਾੜੀ ਮਾਰ ਦਿਓ ਯਾਰ ਜੇ ਚੰਗਾ ਲੱਗਾ। ਇਹ ਤੁਹਾਡੇ ਬਿਨਾਂ ਵੀ ਹੋ ਗਿਆ ਸੀ ਉਹ ਪਿਛਲੇ ਸਾਲ ਖਟਕੜ ਵਿੱਚ ਮੇਲਾ। ਕਦੇ ਗੁਰੂ ਦੇ ਅੰਗ ਕਤਲ ਕਰਤੇ, ਕਦੇ ਦਿੱਲੀ 'ਚ ਮੰਦਰ ਢਾ ਦਿੱਤਾ। ਸੱਚੀ ਗੱਲ ਹੈ ਨਾ, ਗੁਰੂ ਦੇ ਅੰਗ ਕਤਲ ਕਰਤੇ, ਕਦੇ ਦਿੱਲੀ 'ਚ ਮੰਦਰ ਢਾ ਦਿੱਤਾ। ਨਹਿਰਾਂ ਸੁੱਕੀਆਂ ਰਹਿ ਗਈਆਂ ਤੇ ਘਰਾਂ 'ਚ ਹੜ ਵਗਾ ਦਿੱਤਾ। ਸੰਤ ਸੀਚੇ ਵਾਲਿਆਂ ਲਈ, ਉਹਨਾਂ ਲਈ ਖੁੱਲ੍ਹ ਕੇ ਤਾੜੀ ਮਾਰ ਦਿਓ। ਸੰਤ ਹੁੰਦੇ ਨੇ ਤੇ ਉਹੋ ਜਿਹੇ ਹੁੰਦੇ ਨੇ ਕਿ ਸੰਤ ਸੀਚੇ ਵਾਲ ਬਣ ਜਾਓ ਉਹ ਜਿਹੜਾ ਪੈਰੀ ਨਹੀਂ ਪੈਂਦਾ। ਅਸੀਂ ਉਹ ਪੰਜਾਬੀਆਂ ਜੋ ਕਦੇ ਮੰਗ ਕੇ ਨਹੀਂ ਖਾਂਦੇ। ਦੱਸ ਦਿਓ ਇੱਕ ਵਾਰੀ ਗੌਰਮੈਂਟ ਨੂੰ, ਜੇ ਤੁਸੀਂ ਹੜ ਵਗਾਤੇ ਤਾਂ ਅਸੀਂ ਫਿਰ ਵੀ ਜਿਉਂਦੇ ਹਾਂ, ਅਸੀਂ ਮਰੇ ਨਹੀਂ। ਸਾਡੇ NRI ਵੀਰ ਪੰਮਾ ਭਾਜੀ ਬੈਠੇ ਨੇ, NRI ਵੀਰਾਂ ਲਈ ਖੁੱਲ੍ਹ ਕੇ ਤਾੜੀ ਮਾਰ ਦਿਓ ਜਿਨ੍ਹਾਂ ਨੇ ਆਪਣੇ ਪੰਜਾਬ ਨੂੰ ਸਾਂਭ ਲਿਆ। ਹੋਏ ਅੱਡੀਆਂ ਤੇ ਖੜੇ ਅਸੀਂ ਲੋਕਾਂ ਦੀਆਂ ਤੱਕਾਂਗੇ। ਗੱਲ ਸੁਣਨ ਵਾਲੀ ਆ, ਕੱਲੀ ਕੱਲੀ ਗੱਲ ਪਰੋ ਕੇ ਲੈ ਕੇ ਆਇਆ, ਉਮੀਦ ਕਰਦਾ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ। ਹੋਏ ਅੱਡੀਆਂ ਤੇ ਖੜੇ ਅਸੀਂ ਲੋਕਾਂ ਦੀਆਂ ਤੱਕਾਂਗੇ, ਉਹ ਜਿਹੜੀ ਸਾਡੇ ਘਰੇ ਜੰਮੀ ਦੱਸੋ ਇਹਨੂੰ ਕਿੱਥੇ ਰੱਖਾਂਗੇ। ਇੱਕ ਵਾਰੀ ਭੈਣਾਂ ਖੁੱਲ੍ਹ ਕੇ ਤਾੜੀ ਮਾਰ ਦੇਣ ਕਿ ਜੇ ਅਸੀਂ ਬਗਾਨੀਆਂ ਨੂੰ ਅੱਡਿਆਂ ਤੇ ਖੜ ਕੇ ਟਿੱਚਰਾਂ ਕਰਾਂਗੇ, ਪਟੋਲੇ ਪੁਰਜੇ ਕਹਾਂਗੇ ਨਾ, ਤਾਂ ਸਾਡੇ ਘਰੇ ਵੀ ਜੰਮੀਆਂ ਨੇ, ਉਹਨਾਂ ਨੂੰ ਕਿੱਥੇ ਰੱਖਾਂਗੇ। ਇੱਕ ਵਾਰੀ ਭੈਣਾਂ ਨੂੰ ਸਲੂਟ ਆ, ਖੁੱਲ੍ਹ ਕੇ ਤਾੜੀ ਮਾਰ ਦਿਓ ਆਪਣੇ ਲਈ। ਵੈਸੇ ਜੋ ਮੈਂ ਗਾ ਰਿਹਾ ਚੰਗਾ ਲੱਗ ਰਿਹਾ, ਜੇ ਚੰਗਾ ਲੱਗ ਰਿਹਾ ਤਾਂ ਇੱਕ ਵਾਰੀ ਮੇਲੇ ਦੇ ਨਾਂ ਦੀ ਤਾੜੀ ਮਾਰ ਦਿਓ, ਮੈਂ ਵਾਰ ਵਾਰ ਤਾੜੀਆਂ ਵਰਾਉਣੀ ਆਇਆ। ਹੋਏ ਅੱਡਿਆਂ ਤੇ ਖੜੀ ਅਸੀਂ ਲੋਕਾਂ ਦੀਆਂ ਤੱਕਾਂਗੇ, ਉਹ ਜਿਹੜੀ ਸਾਡੇ ਘਰੇ ਜੰਮੀ ਦੱਸੋ ਉਹਨੂੰ ਕਿੱਥੇ ਰੱਖਾਂਗੇ। ਹੋਏ ਉਹ ਵੀ ਤਾਂ ਬੇਗਾਨੀਆਂ ਬੇਗਾਨਿਆਂ ਲਈ ਕਿ ਖਾਨੇ ਵਿੱਚ ਪਾ ਲਓ ਯਾਰੋ ਇਹੋ ਗੱਲ ਕਹੀ ਕਿ
जस धनी पिंडिये दी हो बेनती के गौर काली उते करना जरूरे के होवे मापिया नू माणी ऐसे गल दा के हुण पुत थोड़े नशियां तो दूर ने कहना बड़ा सौखा बाबू तू की बनाया है सोच के ता वेखो वीरो असी की कमाया है बापू ली ताड़ी बन दिया जे बापू ली ताड़ी बन दिया ना तो इधरों घट जवाब आया जरा तुही भी दस दियो ताड़ी मार के हो कहना बड़ा सौखा बापू तू की बनाया है सोच के ता वेखो वीरो असी की कमाया है हो जेड़े कुकू नाल मसा बापू ने बनाए सी हो नशियां च बह के असी ओदे ही गवाए ने के नशा पीण विच कादी सरदारी है के जद चेहरिया तेरे हाई ना नूरे के होवे मापिया नू माणी ऐसे गल दा के हुण पुत थोड़े नशियां तो दूर ने जे चंगा लगा तो ताड़ी मार दो यार दूजे तो पैर भी रख लियो दूजे तो पैर भी ओ गुरु करे जाके आशिकी जो कर दे गुरु दिया गोलकां दे लई जो लड़ दे गरीब नाल माड़ी की हा मारदी ताड़ी दी नी कदे भी ओ भैर यार दी ਨਾਲ ਮਾੜੀ ਕੀ ਤਿਹਾ ਮਾਰਦੀ ਤਾੜੀ ਦੀ ਨੀ ਕਦੇ ਵੀ ਓ ਤਾੜੀ ਦੀ ਨੀ ਕਦੇ ਵੀ ਓ ਤਾੜੀ ਦੀ ਨੀ ਕਦੇ ਵੀ ਓ ਬਿਨਾ ਪੁੱਛੇ ਕਦੇ ਨਹੀਂ ਓ ਦਰ ਖੋਲੀਦਾ ਯਾਰੀ ਲਾ ਕੇ ਯਾਰਦਾਨੀ ਭੇਦ ਖੋਲੀਦਾ ਯਾਰੀ ਲਾ ਕੇ ਯਾਰਦਾਨ ਭੇਦ ਖੋਲੀਦਾ ਯਾਰੀ ਲਾ ਕੇ ਯਾਰਦਾਨੀ ਭੇਦ ਖੋਲੀਦਾ ਹੋਏ ਆਸ਼ਕੀ ਜੋ ਕਰ ਦੇ ਹੋ ਗੁਰੂ ਦੀਆਂ ਗੋਲਕਾਂ ਦੇ ਲਈ ਜੋ ਲੜ ਦੇ ਇਹੋ ਜਿਹੇ ਜਨੌਰ ਸਾਰੇ ਇਕੱਠੇ ਕਰਕੇ ਹੋ ਕੋਠੜੀ ਚ ਤਾੜ ਦੋ ਇਹੋ ਜਿਹੇ ਬੰਦਿਆਂ ਨੂੰ ਚੌਂਕ ਚ ਖੜਾ ਕੇ ਸਿੱਧੀ ਗੋਲੀ ਮਾਰ ਦੋ ਇਹੋ ਜਿਹੇ ਬਾਬਾ ਜੀ ਹਜੇ ਤਾਂ ਆ ਹੀ ਨਹੀਂ ਪੂਰਾ ਹੋਇਆ ਹੋ ਖਾਂਦੇ ਪੀਂਦਿਆਂ ਨੂੰ ਦੇਖ ਕੇ ਨਾ ਸੜੀਏ ਆਂਡ ਤੇ ਗਵਾਂਡ ਜੀ ਕਦੇ ਨਾ ਲੜੀਏ ਹੋ ਵੈਰੀ ਕਰੇ ਜਾ ਕੇ ਵੀ ਕਦੇ ਨਹੀਂ ਖਾਈਦਾ ਸੱਜਣਾ ਦੇ ਨਾਲ ਧੋਖਾ ਸੱਜਣਾ ਦੇ ਨਾਲ ਧੋਖਾ ਨਹੀਂ ਕਮਾਈਦਾ ਹੋ ਸੱਜਣਾ ਦੇ ਨਾਲ ਧੋਖਾ ਨਹੀਂ ਕਮਾਈਦਾ ਸੱਜਣਾ ਦੇ ਨਾਲ ਧੋਖਾ ਨਹੀਂ ਕਮਾਈਦਾ ਹੋਏ ਆ ਜਾ ਕਬੱਡੀ ਨੂੰ ਕੌਣ ਕੌਣ ਪਿਆਰ ਕਰਦਾ ਇੱਕ ਵਾਰੀ ਖੁੱਲ੍ਹ ਕੇ ਤਾੜੀ ਮਾਰ ਦਿਓ ਕਬੱਡੀ ਦੇ ਨਾਲ ਆਹ ਗਾਉਣ ਪਾਣੀ ਵਾਲੇ ਚੱਕਰ 'ਚ ਪਤਾ ਨਹੀਂ ਮੈਂ ਕਿਵੇਂ ਆ ਗਿਆ ਸੀਗਾ ਮੈਂ ਪਹਿਲਾਂ ਪਲੇਅਰ ਕਬੱਡੀ ਦਾ ਪਲੇਅਰ ਸੀ ਥੋੜ੍ਹਾ ਚਿਰ ਪਹਿਲਾਂ ਮੈਂ ਕਬੱਡੀ ਵੀ ਖੇਡੀ ਇੱਕ ਬੇਬੇ ਦਾ
कह लो भी जेठा पुत जां कह लो भी कला कला पुत बेबे ने खेडन नहीं दी कबड्डी क्योंकि हर एक मां नूं अपना पुत प्यारा हुंदा पर मैनू जिहो जी मेरी मां प्यारी उहो जी मैनू खेड कबड्डी प्यारी है। एक वारी कबड्डी दे लई खुल के ताड़ी मार दिओ। ਗੁੰਦ ਮੇ ਸਰੀਰ ਪੂਰੇ ਹਿੱਕਾ ਚੌੜੀਆਂ ਤੇ ਕੱਦ ਕਾਠ ਕੱਟ ਮੈਂ ਅਣਖੀ ਦਲੇਰ ਪੂਰੇ ਸ਼ੇਰ ਸੂਰ ਮੇ ਤੇ ਨੇਰ ਕਾਠ ਕੱਟ ਮੈਂ ਗੁੰਦ ਮੇ ਸਰੀਰ ਪੂਰੇ ਹਿੱਕਾ ਚੌੜੀਆਂ ਤੇ ਕੱਦ ਕਾਠ ਕੱਟ ਮੈਂ ਅਣਖੀ ਦਲੇਰ ਪੂਰੇ ਸ਼ੇਰ ਸੂਰ ਮੇ ਤੇ ਨੇਰ ਕਾਠ ਕੱਟ ਮੈਂ ਭਟੂਰ ਸਾਹਿਬ ਤੋਂ ਇਹ ਮਿਲ ਆਏ ਥਾਪੜਾ ਤੇ ਟੰਡੀਆਂ ਨੇ ਗੱਡੀਆਂ ਕਰਾਉਂਦਾ ਸ਼ੇਰਾ ਚਾਹੇ ਕਪੂਰੂ ਖੇਡਦੇ ਕਬੱਡੀਆਂ ਭੱਜਨੇ ਕਰਾਉਂਦਾ ਸ਼ੇਰਾ ਚਾਹੇ ਕਪੂਰੂ ਖੇਡਦੇ ਕਬੱਡੀਆਂ ਭੱਜਨੇ ਕਰਾਉਂਦਾ ਸ਼ੇਰਾ ਚਾਹੇ ਕਪੂਰੂ ਖੇਡਦੇ ਕਬੱਡੀਆਂ ਖੁਸ਼ੀ ਮੱਖੀ ਇਹਨਾਂ ਵੱਲ ਵੇਖ ਵੇਖ ਭੁੱਖ ਲੱਥ ਦੀ ਲੈ ਵੀ ਜਿਹੜੇ ਜਿਹੜੇ ਨਾਂ ਲਿਆ ਜੇ ਜਾਣਦੇ ਨੇ ਪਲੇਅਰਾਂ ਦੇ ਲਈ ਤਾੜੀ ਮਾਰ ਦਿਓ ਯਾਰ ਹੋ ਮੰਗੀ ਬਾਗੀ ਖੁਸ਼ੀ ਮੱਖੀ ਇਹਨਾਂ ਵੱਲ ਵੇਖ ਵੇਖ ਭੁੱਖ ਲੱਥ ਦੀ ਪਾਲੇ ਸੰਦੀਪ ਲੱਖਾਂ ਇਹਨਾਂ ਦੀ ਚੈਨ ਯਾਰ ਖੁੱਚ ਪੱਟਦੀ ਹੋ ਮੰਗੀ ਬਾਗੀ ਖੁਸ਼ੀ ਮੱਖੀ ਇਹਨਾਂ ਵੱਲ ਵੇਖ ਵੇਖ ਭੁੱਖ ਲੱਥ ਦੀ ਪਾਲੇ ਸੰਦੀਪ ਲੱਖਾਂ ਇਹਨਾਂ ਦੀ ਚੈਨ ਯਾਰ ਖੁੱਚ ਪੱਟਦੀ ਅਜੇ ਠਾਕਰ ਕਬੱਡੀ ਪਲੇਅਰ ਆ ਕਹਿੰਦਾ ਮੇਰਾ ਭਾਈਆ ਲੱਗਦਾ ਇੱਕ ਵਾਰੀ ਖੁੱਲ੍ਹ ਕੇ ਤਾੜੀ ਮਾਰ ਦਿਓ ਯਾਰ ਬਾਈ ਲਈ ਮੱਖੀ ਬਾਗੀ ਖੁਸ਼ੀ ਮੱਖੀ ਇਹਨਾਂ ਵੱਲ ਵੇਖ ਵੇਖ ਭੁੱਖ ਲੱਥਦੀ ਭਾਲੇ ਸੰਦੀਪ ਲੱਖਾਂ ਇਹਨਾਂ ਦੀ ਚੈਨ ਯਾਰ ਖੁੱਚ ਪੱਟਦੀ ਧਰਤੀ ਦੀ ਹੈ ਕਿ ਹੁੰਦੇ ਮਾਂ ਦਾ ਲੁੱਤਾ ਬਾਲੀ ਛੰਨਾ ਮਾਰੇ ਅੱਡੀਆਂ ਭੱਜਨੇ ਕਰਾਉਂਦਾ ਸ਼ੇਰਾ ਚਾਹੇ ਕਪੂਰੂ ਖੇਡਦੇ ਕਬੱਡੀਆਂ 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 ਥੈਂਕ ਯੂ ਤਾੜੀ ਮਾਰ ਦੋ ਜ਼ੋਰਦਾਰ ਜਸ ਵੀ ਸਾਡਾ ਵੀਰ ਸੋ ਬਾਬਾ ਜੀ ਕਿਵੇਂ ਲੱਗਾ ਯਾਰ ਗਾਉਣ ਪਾਣੀ ਕਿਵੇਂ ਲੱਗਾ ਬੇਬੇ ਖੁਸ਼ ਹੋ ਜੂ ਮੇਰੀ ਵੀ ਆ ਪੁੱਤ ਕਬੱਡੀ ਛੱਡ ਗਿਆ ਗਾਉਣ ਪਾਣੀ ਲਾ ਪਿਆ ਕਰਨ ਠੀਕ ਲੱਗਾ ਕਿਉਂਕਿ ਮੈਂ ਗਾਣੇ ਹਮੇਸ਼ਾ ਚੂਜ਼ ਉਹ ਕਰਦਾ ਹੁੰਦਾ ਜਿਹੜੇ ਮੈਂ ਆਪਣੀ ਮਾਂ ਨੂੰ ਆਪਣੀ ਭੈਣ ਨੂੰ ਸੁਣਾ ਸਕਾਂ ਸੋ ਇੱਕ ਵਾਰੀ ਖੁੱਲ੍ਹ ਕੇ ਤਾੜੀ ਮਾਰ ਦਿਓ ਆਪਾਂ ਆਪਣੇ ਲਈ ਕਿੱਦਾਂ ਦਾ ਗਾਉਣਾ ਜੀ ਉਹ ਦੱਸੋ ਠੀਕ ਹੈ ਜੀ ਭਾਅ ਜੀ ਦੂਜੇ ਤੋਂ ਦਰਬਾਰੀ ਰੱਖ ਲਿਓ ਬਾਬਾ ਜਗਦੀਪ ਸਿੰਘ ਮੰਗਾ ਜੀ ਵੱਲੋਂ ਬੇਨਤੀ ਹੈ ਕਿ 20 ਅਕਤੂਬਰ ਨੂੰ ਝੰਡਾ ਸਾਹਿਬ ਵਿਖੇ ਨਾ ਛਿੰਝ ਮੇਲਾ ਕਰਵਾਇਆ ਜਾ ਰਿਹਾ ਸਾਰਿਆਂ ਨੇ ਹੋਮ ਆ ਕੇ ਪਹੁੰਚਣਾ ਤੇ ਮੈਂ ਵੀ ਪਹੁੰਚ ਰਿਹਾ ਰੌਣਕਾਂ ਲਾਵਾਂਗੇ ਰਲ ਮਿਲ ਸੋ ਇੱਕ ਵਾਰੀ ਤਾੜੀ ਮਾਰ ਦਿਓ ਝੰਡਾ ਜੀ ਗੁਰਦੁਆਰਾ ਸਾਹਿਬ ਲਈ ਹੋ ਨਿੱਕੀ ਨਿੱਕੀ ਗੱਲੋਂ ਵੇਹ ਤੂੰ ਰਹਿੰਦਾ ਰੁਸਦਾ ਮਰਜ਼ੀ ਕਰਦਾ ਆਪਣੀ ਪੋਹਰਾ ਨਾ ਪੁੱਛਦਾ ਏ ਮੈਂ ਤਾਂ ਸਾਹਮਣੇ ਦੀ ਚੀਜ਼ ਮੈਨੂੰ ਰੋਲਦਾ ਸਾਹਮਣੇ ਦੀ ਚੀਜ਼ ਮੈਨੂੰ ਰੋਲਦਾ ਐਵੇਂ ਹੁਕਮ ਚਲਾਉਂਦਾ ਰਹਿੰਦਾ ਨਾਰ ਤੇ ਚਾਰ ਲਾਵਾਂ ਲੈ ਕੇ ਦੱਸੂ ਤੈਨੂੰ ਸੋਹਣਿਆ ਕਿਵੇਂ ਪਾਈਦਾ ਏ ਰੋਬ ਮੁੰਡਿਆਂ ਤੇ ਚਾਰ ਲਾਵਾਂ ਲੈ ਕੇ ਦੱਸੂ ਤੈਨੂੰ ਸੋਹਣਿਆ ਕਿਵੇਂ ਪਾਈਦਾ ਏ ਰੋਬ ਮੁੰਡਿਆਂ ਤੇ ਪੁੱਛ ਪੁੱਟਿਆ ਕਰੇਗਾ ਪੈਰ ਵੇ ਕਿਤੇ ਕਿਤੇ ਜਾ ਤੂੰ ਕਰੇਗਾ ਸ਼ਹਿਰ ਵੇ ਹੋ ਪੁੱਛ ਪੁੱਛ ਪੁੱਟਿਆ ਕਰੇਗਾ ਪੈਰ ਵੇ ਕਿਤੇ ਕਿਤੇ ਜਾ ਤੂੰ ਕਰੇਗਾ ਸ਼ਹਿਰ ਵੇ
कॉलेज दे जिन्ने मेरे नाल पढ़दे उना नाल दस तेरा की आवेर वे झट आख दिना होना ना नहीं बोलना आख दिना होना ना नहीं बोलना झक करदा है मेरे सच्चे प्यार ते चार लावा लेके दसु तेनू सोहणिया किवें पाईदा है रोब मुट यार ते थैंक यू जी थैंक यू जसवी साडा वीर बहुत सोहने लफ्जा दे नाल हाजरी लवाई है सन्मान दी रस्म थैंक यू सन्मान ओके सन्मान दी रस्म सारे प्रबंधकों के वालों सन्मान बड़ा जरूरी हुंदा जी और शुक्रगुजार हाँ जसवी बाई दे और सतनाम सिंह जी संधु साहब और गुरदेव सिंह जी दोसांझ साहब उन्होंने शुकराना